ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ YouTube ਚੈਨਲ ਤੇ ਅੱਜ ਸੁਣਦੇ ਹਾਂ ਕਰਤਾਰ ਸਿੰਘ ਦੁੱਗਲ ਦੀ ਲਿਖੀ ਕਹਾਣੀ ਜ਼ੀਨਤ ਆਪਾ। ਤੂੰ ਮੇਰਾ ਇਹ ਕੱਦ ਵੇਖਿਆ ਏ, ਜੇ ਇੰਨਾ ਕੱਦ ਕਿਸੇ ਕੁੜੀ ਦਾ ਹੋਵੇ। ਤੂੰ ਮੇਰੀਆਂ ਗੱਲਾਂ ਦੀ ਲਾਲੀ ਵੇਖੀਏ, ਜੇ ਇਹੋ ਜਿਹੀ ਲਾਲੀ ਕਿਸੇ ਕੁੜੀ ਦੀਆਂ ਗੱਲਾਂ ਉੱਤੇ ਖੇਡਦੀ ਹੋਵੇ। ਤੂੰ ਮੇਰੇ ਇਹ ਵਾਲ ਵੇਖੇ ਨੇ, ਜਿਸ ਤਰ੍ਹਾਂ ਦੇ ਸ਼ਾਹ ਕਾਲੇ ਰੇਸ਼ਮ ਵਰਗੇ ਵਾਲ ਕਿਸੇ ਕੁੜੀ ਦੇ ਹੋਣ ਤੇ ਫਿਰ ਉਹ ਕੁੜੀ ਕਿਹੋ ਜਿਹੀ ਹੋਵੇਗੀ। ਮੇਰਾ ਦੋਸਤ ਰਸੀਦ ਇੱਕੋ ਸਾਹ ਵਿੱਚ ਬੋਲ ਰਿਹਾ ਸੀ। ਇਸ ਤਰ੍ਹਾਂ ਦੀ ਕੁੜੀ ਸੀ ਜ਼ੀਨਤ ਆਪਾ, ਜਿਵੇਂ ਅਰਸ਼ ਲੱਥੀ ਪਰੀ ਹੋਵੇ, ਸੁੱਚਾ ਮੋਤੀ। ਖਿੜਖਿੜ ਹੱਸਦੀ ਦੀ ਆਵਾਜ਼ ਸਾਰੇ ਮੁਹੱਲੇ ਵਿੱਚ ਜਾਂਦੀ ਸੀ। ਆਂਢ ਗੁਆਂਢ ਵਿੱਚ ਜ਼ੀਨਤ ਜ਼ੀਨਤ ਹੁੰਦੀ ਰਹਿੰਦੀ। ਜਿਸ ਵਿਹੜੇ ਵਿੱਚ ਖਲੋਂਦੀ, ਜਿਸ ਆਂਗਣ ਵਿੱਚ ਬਹਿੰਦੀ, ਖੁਸ਼ੀਆਂ ਖਲੇਰਦੀ ਰਹਿੰਦੀ। ਲੋਕ ਲੱਖ ਲੱਖ ਉਹਦੀਆਂ ਖਾਤਰਾਂ ਕਰਦੇ। ਕਿਸੇ ਦੇ ਘਰ ਵਧੀਆ ਬੇਰ ਆਉਂਦੇ, ਘਰਵਾਲੀ ਚੁੱਕ ਕੇ ਜ਼ੀਨਤ ਲਈ ਰੱਖ ਦਿੰਦੀ। ਜ਼ੀਨਤ ਨੂੰ ਖੱਟੇ ਮਿੱਠੇ ਬੇਰਾਂ ਨਾਲ ਬੜਾ ਜੋੜ ਸੀ। ਕਿਸੇ ਦੇ ਘਰ ਕਰਾਰੇ ਭੁੱਜੇ ਹੋਏ ਸੱਤੂ ਹੁੰਦੇ, ਗੰਢ ਮਾਰ ਕੇ ਜ਼ੀਨਤ ਲਈ ਸੰਭਾਲ ਦਿੱਤੇ ਜਾਂਦੇ। ਜ਼ੀਨਤ ਨੂੰ ਸੱਤੂ ਬਹੁਤ ਪਸੰਦ ਸਨ। ਜ਼ੀਨਤ ਨੂੰ ਬੌਲੀ ਬਹੁਤ ਚੰਗੀ ਲੱਗਦੀ ਸੀ ਤੇ ਪਿੰਡ ਵਿੱਚ ਕਿਸੇ ਦੇ ਘਰ ਮੈਂ ਗਾਂ ਸੁਣਦੀ, ਜ਼ੀਨਤ ਲਈ ਬੌਲੀ ਤੁਰਦੀ ਰਹਿੰਦੀ। ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜ਼ੀਨਤ ਵੱਡੀ ਹੋਈ, ਲੋਕਾਂ ਨੇ ਜ਼ੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਸੀ। ਸਾਰੀ ਸਾਰੀ ਦੁਪਹਿਰ ਸਹੇਲੀਆਂ ਘਰ ਵਿੱਚ ਬਿਠਾਈ ਰੱਖਦੀ, ਆਪ ਗਾਉਂਦੀ ਰਹਿੰਦੀ, ਉਹਨਾਂ ਦੇ ਗੀਤ ਸੁਣਦੀ ਰਹਿੰਦੀ, ਗਾਉਂਦੀ ਤੇ ਨੱਚਦੀ। ਲੋਕ ਬਨੇਰਿਆਂ ਤੋਂ ਝਾਕ ਝਾਕ ਕੇ ਕੰਧਾਂ ਨਾਲ ਕੰਨ ਲਾ ਲਾ ਕੇ ਜ਼ੀਨਤ ਤੇ ਉਹਨੂੰ ਗਾਉਂਦਿਆਂ ਸੁਣਦੇ ਰਹਿੰਦੇ। ਕਿੰਨਾ ਉੱਚਾ ਗਾਉਂਦੀ ਸੀ, ਕਿੰਨਾ ਪਿਆਰਾ ਨੱਚਦੀ ਸੀ, ਗੱਲ ਗੱਲ ਤੇ ਖਿੜਖਿੜ ਹੱਸਣ ਲੱਗ ਪੈਂਦੀ। ਹੱਸ ਰਹੀ ਜ਼ੀਨਤ ਦੀਆਂ ਗੱਲਾਂ ਵਿੱਚੋਂ ਜਿਵੇਂ ਲਹੂ ਚੋਣ ਲੱਗ ਪੈਂਦਾ। ਹੱਸ ਰਹੀ ਦੇ ਵਾਲ ਖਿੰਡ ਪੁੰਡ ਜਾਂਦੇ, ਕਿੰਨੀ ਪਿਆਰੀ ਲੱਗਦੀ ਸੀ, ਜਿਵੇਂ ਆਪ ਮੁਹਾਰੇ ਉੱਡ ਰਿਹਾ ਕੋਈ ਪੰਛੀ ਹੋਵੇ। ਤੇ ਫਿਰ ਜ਼ੀਨਤ ਦਾ ਵਿਆਹ ਕਰ ਦਿੱਤਾ ਗਿਆ, ਜਿਵੇਂ ਅਰਸ਼ਾਂ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਏ। ਜ਼ੀਨਤ ਨੇ ਇੱਕ ਬੋਲ ਮੂੰਹੋਂ ਨਾ ਕੱਢਿਆ। ਮੁੰਡਾ ਕਾਫ਼ੀ ਵੱਡੀ ਉਮਰ ਦਾ ਸੀ। ਜ਼ੀਨਤ ਨੇ ਸੁਣਿਆ ਤੇ ਉਸਦਾ ਹਾਸਾ ਉਹਦੇ ਮੂੰਹ ਤੋਂ ਉੱਡ ਗਿਆ। ਜ਼ੀਨਤ ਨੇ ਸੁਣਿਆ ਤੇ ਉਹਦੇ ਗੀਤ ਉਹਦੀਆਂ ਬੁੱਲੀਆਂ ਤੋਂ ਚੜ ਗਏ। ਜ਼ੀਨਤ ਨੇ ਸੁਣਿਆ ਤੇ ਉਹਦੀਆਂ ਅੱਖਾਂ ਵਿੱਚ ਉਹਦੀ ਰੌਣਕ ਚਲੀ ਗਈ ਤੇ ਉਹ ਮੂੰਹ ਸਿਰ ਵਲੇਟ ਆਪਣੇ ਬਾਬਲ ਦੀ ਹਵੇਲੀ ਵਿੱਚੋਂ ਨਿਕਲ ਗਈ। ਜ਼ੀਨਤ ਵਰਗੀ ਕੋਈ ਭੈਣ ਹੋਵੇਗੀ ਭਲਾ, ਜਦੋਂ ਮੈਨੂੰ ਰਾਤ ਰਾਤ ਭਰ ਨੱਟਾਂ ਦੀ ਰਾਸ ਵੇਖਣ ਦੀ ਚਟਲਾਸ ਪੈ ਗਈ, ਜਦੋਂ ਅੱਧੀ ਰਾਤ ਕਵਾਲਾਂ ਦੀਆਂ ਕਵਾਲੀਆਂ ਸੁਣਨ ਨੂੰ ਮੇਰਾ ਜੀ ਕਰਦਾ, ਜਦੋਂ ਸਾਡੇ ਗੁਆਂਢ ਖਾਨਾ ਬਦੋਸ਼ਾਂ ਨੇ ਝੁੱਗੀਆਂ ਆਣ ਪਾਈਆਂ ਤੇ ਖਾਨਾ ਬਦੋਸ਼ਾਂ ਦੀਆਂ ਸਿੱਥਾਂ ਲਾ ਕੇ ਪਟੀਆਂ ਜਮਾਉਣ ਵਾਲੀਆਂ ਮਸਤਾਨੀਆਂ ਹੋਈਆਂ ਖਾਨਾ ਬਦੋਸ਼ਣਾਂ ਨੂੰ ਵੇਖਣ ਲਈ ਮੇਰਾ ਦਿਲ ਲਲਚਾਇਆ ਲਲਚਾਇਆ ਰਹਿੰਦਾ। ਮੈਨੂੰ ਪੋਲੇ ਜਿਹੇ ਹਵੇਲੀ ਤੋਂ ਬਾਹਰ ਕੱਢ ਉੱਤੋਂ ਖਿੜਕੀ ਵਿੱਚੋਂ ਉਹ ਮੇਰੀ ਸ਼ੇਰਵਾਨੀ ਸੁੱਟਿਆ ਕਰਦੀ ਸੀ। ਸ਼ੇਰਵਾਨੀ ਦੀ ਜੇਬ ਵਿੱਚ ਹਮੇਸ਼ਾ ਪੰਜਾਂ ਦਾ ਨੋਟ ਰੱਖਿਆ ਹੁੰਦਾ ਸੀ। ਇੱਕ ਭੈਣ ਦੀ ਫੂਹੀ ਫੂਹੀ ਕਰਕੇ ਬਚਾਈ ਪੂੰਜੀ ਆਪਣੇ ਜਵਾਨ ਹੋ ਰਹੇ ਵੀਰ ਦੀ ਖੁਸ਼ੀ ਲਈ। ਜ਼ੀਨਤ ਵਰਗੀ ਕੋਈ ਧੀ ਹੋਵੇਗੀ ਭਲਾ, ਉਸਦਾ ਆਪਾ ਉਸਦੇ ਸਾਕ ਲਈ ਇਕਰਾਰ ਕਰਕੇ ਆਇਆ ਤੇ ਉਸਨੇ ਆਪਣੇ ਪਿਓ ਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨ ਲਿਆ। ਉਸ ਨੂੰ ਪਤਾ ਸੀ ਕਿ ਉਸਦਾ ਘਰਵਾਲਾ ਕੱਦ ਵਿੱਚ ਉਸ ਤੋਂ ਅੱਧਾ ਸੀ। ਮਿੱਠਾ ਖਾ ਖਾ ਕੇ ਉਸਦੇ ਦੰਦ ਖੋਪੇ ਹੋ ਗਏ ਸਨ, ਅੱਖਾਂ ਵੀ ਚੁੰਨੀਆਂ ਸਨ, ਪੜ੍ਹੇ ਲਿਖੇ ਬਿਨਾਂ ਅੱਖਾਂ ਕਮਜ਼ੋਰ ਹੋ ਗਈਆਂ ਸਨ। ਚਾਰ ਜਮਾਤਾਂ ਨਹੀਂ ਪੜ੍ਹ ਸਕਿਆ ਸੀ ਉਹ, ਸਾਰਾ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਸੀ, ਆਪਣੇ ਪਿਓ ਦੀ ਜ਼ਮੀਨ ਨੂੰ ਕੁਤਰ ਕੁਤਰ ਕੇ ਖਾ ਰਿਹਾ ਸੀ। ਦਾਰੂ ਪੀ ਕੇ ਗਲੀਆਂ ਵਿੱਚ ਫਿਰਨਾ, ਸਿਗਰਟਾਂ ਪੀਣੀਆਂ ਤੇ ਧੂੰਏ ਦੇ ਗੋਲ ਗੋਲ ਚੱਕਰ ਬਣਾਉਂਦੇ ਰਹਿਣਾ, ਬਸ ਇਹੀ ਕੰਮ ਸੀ ਉਸਦਾ। ਜ਼ੀਨਤ ਨੇ ਸ਼ਿਕਾਇਤ ਦਾ ਇੱਕ ਬੋਲ ਆਪਣੇ ਮੂੰਹ ਤੇ ਨਾ ਲਿਆਂਦਾ, ਕੋਈ ਫਰਿਆਦ ਨਾ ਕੀਤੀ। ਇੱਕ ਹੰਝੂ ਉਹਦੀਆਂ ਪਲਕਾਂ ਵਿੱਚ ਨਹੀਂ ਸੀ ਜਦੋਂ ਉਹਦੇ ਅੱਬਾ ਨੇ ਉਹਨੂੰ ਕਲਾਵੇ ਵਿੱਚ ਲੈ ਕੇ ਡੋਲੇ ਵਿੱਚ ਪਾਇਆ।
ਤੇ ਫੇਰ ਜ਼ੀਨਤ ਦੇ ਘਰ ਇੱਕ ਬੱਚਾ ਹੋਇਆ। ਅਗਲੇ ਸਾਲ ਹੋਰ, ਇੱਕ ਹੋਰ, ਤੇ ਉਸ ਤੋਂ ਅਗਲੇ ਸਾਲ ਇੱਕ ਹੋਰ ਲੜਕਾ, ਤੇ ਫਿਰ ਹਰ ਵਰੇ ਇੱਕ ਬੱਚਾ ਜ਼ੀਨਤ ਦੇ ਹੋ ਜਾਂਦਾ। ਬੱਚਿਆਂ ਨਾਲ ਉਹਦਾ ਵਿਹੜਾ ਭਰ ਗਿਆ। ਬੱਚਿਆਂ ਦੇ ਖਲਜਗਣ ਵਿੱਚ ਡੁੱਬੀ ਜ਼ੀਨਤ ਕਿੰਨਾ ਕਿੰਨਾ ਚਿਰ ਆਪਣੇ ਅੱਬਾ ਦੇ ਫੇਰਾ ਨਾ ਮਾਰਦੀ। ਕਈ ਵਾਰ ਵਰਾ ਵਰਾ ਗੁਜ਼ਰ ਜਾਂਦਾ। ਜਦੋਂ ਉਹਦਾ ਅੱਬਾ ਉਦਾਸ ਹੁੰਦਾ, ਉਹਨੂੰ ਜਾ ਕੇ ਮਿਲ ਆਉਂਦਾ। ਜ਼ੀਨਤ ਵਰਗੀ ਕੋਈ ਮਾਂ ਹੋਵੇਗੀ ਭਲਾ? ਸੱਤ ਦੇ ਸੱਤ ਉਹਦੇ ਬੱਚੇ, ਸਾਫ ਸਾਫ, ਸੁਥਰੇ ਸੁਥਰੇ, ਸੋਹਣੇ ਸੋਹਣੇ, ਜ਼ੀਨਤ ਦੀ ਨੁਹਾਰ ਸਨ। ਪੜ੍ਹਨ ਵਾਲੇ ਪੜ੍ਹਨ ਵਿੱਚ ਸਭ ਤੋਂ ਅੱਗੇ, ਖੇਡਣ ਵਾਲੇ ਖੇਡਣ ਵਿੱਚ ਸਭ ਤੋਂ ਜ਼ਬਰ। ਨਿੱਕੀ ਕੁਛੜਲੀ ਧੀ ਜਿਵੇਂ ਗੁੱਡੀ ਹੋਵੇ, ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ, ਖਿਡੌਣੇ ਦਾ ਖਿਡੌਣਾ। ਉਸਦੇ ਬੱਚਿਆਂ ਦਾ ਬੈਠਣ ਦਾ ਸਲੀਕਾ, ਉੱਠਣ ਦਾ ਸਲੀਕਾ, ਗੱਲ ਕਰਨ ਦਾ ਸਲੀਕਾ ਆਂਢ ਗੁਆਂਢ ਵਾਲੇ ਵੇਖ ਵੇਖ ਕੇ ਮੂੰਹ ਵਿੱਚ ਉਂਗਲੀਆਂ ਪਾ ਲੈਂਦੇ। ਕਿਸੇ ਬੱਚੇ ਦਾ ਮੱਥਾ ਤੱਤਾ ਹੁੰਦਾ, ਜ਼ੀਨਤ ਨੂੰ ਖਾਣ ਪੀਣ ਵਿਸਰ ਜਾਂਦਾ। ਚੱਲੀ ਹੋਈ ਉਹਨੂੰ ਕੁੱਛੜ ਚੁੱਕ ਕੇ ਬੈਠੀ ਰਹਿੰਦੀ। ਕਦੀ ਕੋਈ ਦਾਰੂ ਕਰਦੀ, ਕਦੇ ਕੋਈ ਦਵਾਈ ਦਿੰਦੀ। ਹੱਥ ਟੱਡ ਟੱਡ ਕੇ ਦੁਆਵਾਂ ਮੰਗਦੀ ਰਹਿੰਦੀ, ਮੰਨਤਾਂ ਮੰਨਦੀ ਰਹਿੰਦੀ, ਖੈਰਾਤਾਂ ਦਿੰਦੀ ਰਹਿੰਦੀ। ਬੱਚਿਆਂ ਨੂੰ ਪੜ੍ਹਾਉਣ ਲਈ ਜ਼ੀਨਤ ਆਪ ਪੜ੍ਹਦੀ ਰਹਿੰਦੀ। ਪੌਣਿਆਂ ਢੌਂਚਿਆਂ ਦੇ ਪਹਾੜੇ, ਅਕਬਰ ਔਰੰਗਜ਼ੇਬ ਦੀਆਂ ਲੜਾਈਆਂ, ਫਾਰਸੀ ਅਰਬੀ ਦੀਆਂ ਗਰਦਾਨਾਂ। ਤੇ ਫੇਰ ਜ਼ੀਨਤ ਦਾ ਘਰ ਵਾਲਾ ਗੁਜ਼ਰ ਗਿਆ। ਚਾਰ ਦਿਨ ਬਿਮਾਰ ਰਿਹਾ ਤੇ ਖਤਮ ਹੋ ਗਿਆ। ਮਾਮੂਲੀ ਜਿਹਾ ਬੁਖਾਰ ਸੀ। ਇੱਕ ਵਾਰ ਪਲੰਘ ਤੇ ਪਿਆ, ਫਿਰ ਉੱਠ ਨਹੀਂ ਸਕਿਆ। ਇੰਨੇ ਵੱਡੇ ਜ਼ਿਮੀਂਦਾਰ ਦੀ ਇਸ ਬੇਵਕਤ ਮੌਤ ਤੇ ਲੋਕਾਂ ਨੇ ਪਿੱਟ ਪਿੱਟ ਕੇ ਟੋਟੇ ਲਾ ਸੁੱਟੇ। ਆਂਢੀ ਗੁਆਂਢੀ, ਸਾਖ ਸੰਬੰਧੀ ਰੋ ਰੋ ਕੇ ਝੱਲੇ ਹੁੰਦੇ ਰਹਿੰਦੇ, ਪਰ ਜ਼ੀਨਤ ਦੀ ਅੱਖ ਵਿੱਚ ਕਿਸੇ ਇੱਕ ਵੀ ਅੱਥਰੂ ਨਾ ਵਿਖਿਆ। ਉਸ ਦਾ ਪਤੀ ਬਿਮਾਰ ਪਿਆ, ਉਹ ਸ਼ਾਂਤ ਅਡੋਲ ਸੀ। ਉਸ ਦੇ ਪਤੀ ਦੀ ਹਾਲਤ ਨਾਜ਼ੁਕ ਹੋ ਗਈ, ਉਹ ਸ਼ਾਂਤ ਅਡੋਲ ਸੀ। ਉਸ ਦਾ ਪਤੀ ਠੰਡਾ ਹੋ ਗਿਆ, ਉਹ ਸ਼ਾਂਤ ਅਡੋਲ ਸੀ। ਤੇ ਉਸਦੇ ਪਤੀ ਨੂੰ ਲੋਕੀ ਚੁੱਕ ਕੇ ਲੈ ਤੁਰੇ, ਪਰ ਉਹ ਸ਼ਾਂਤ ਅਡੋਲ ਸੀ। ਉਸਦੇ ਪਤੀ ਨੂੰ ਦਫਨਾ ਕੇ ਲੋਕੀ ਮੁੜ ਆਏ, ਪਰ ਉਹ ਸ਼ਾਂਤ ਅਡੋਲ ਸੀ। ਲੋਕੀ ਜ਼ੀਨਤ ਦੇ ਮੂੰਹ ਵੱਲ ਵੇਖ ਵੇਖ ਹੈਰਾਨ ਹੁੰਦੇ ਰਹਿੰਦੇ, ਉਹਦੇ ਬੱਚਿਆਂ ਨੂੰ ਗਲ ਲਾ ਲਾ ਰੋਂਦੇ, ਪਰ ਜ਼ੀਨਤ ਦੀਆਂ ਪਲਕਾਂ ਗਿੱਲੀਆਂ ਨਾ ਹੋਈਆਂ। ਇੱਕ ਦਿਨ, ਦੋ ਦਿਨ, ਤਿੰਨ ਦਿਨ, ਹਫ਼ਤਾ, ਦਸ ਦਿਨ, ਤੇ ਫੇਰ ਜ਼ੀਨਤ ਆਪਣਾ ਸਮਾਨ ਚੁੱਕ ਕੇ ਆਪਣੇ ਪੇਕੇ ਆ ਗਈ। ਆਪ ਵੀ ਆ ਗਈ ਤੇ ਆਪਣੇ ਬੱਚਿਆਂ ਨੂੰ ਵੀ ਲੈ ਆਈ। ਆਪਣੇ ਅੱਬਾ ਦੀ ਇੱਕੋ ਇੱਕ ਧੀ, ਆਪਣੇ ਵੀਰਾਂ ਦੀ ਇੱਕੋ ਇੱਕ ਭੈਣ ਜ਼ੀਨਤ ਕਿਸ ਨੂੰ ਭਾਰੀ ਸੀ ਭਲਾ? ਉਹਦੀਆਂ ਲੱਖ ਖਾਤਰਾਂ ਹੁੰਦੀਆਂ। ਪਰ ਲੋਕੀ ਹੈਰਾਨ ਹੁੰਦੇ ਸਨ ਕਿ ਆਪਣੇ ਪਤੀ ਦੀ ਮੌਤ ਉੱਤੇ ਜ਼ੀਨਤ ਨੇ ਇੱਕ ਵੀ ਹੌਂਕਾ ਨਹੀਂ ਭਰਿਆ। ਜ਼ੀਨਤ ਦਾ ਬੁੱਢਾ ਪਿਓ ਆਪਣੀ ਬੱਚੀ ਦੇ ਦੁੱਖ ਦਾ ਸੋਚ ਸੋਚ ਕੇ ਹੈਰਾਨ ਹੁੰਦਾ ਰਹਿੰਦਾ। ਆਂਢੀ ਗੁਆਂਢੀ ਹੈਰਾਨ ਸਨ। ਉਸਦੇ ਬੱਚਿਆਂ ਦਾ ਪਿਓ ਤੁਰ ਗਿਆ ਸੀ ਤੇ ਬੱਚਿਆਂ ਦੀ ਮਾਂ ਨੇ ਕਦੀ ਇੱਕ ਵਾਰ ਵੀ ਉਹਨੂੰ ਯਾਦ ਨਹੀਂ ਸੀ ਕੀਤਾ। ਕਈ ਮਹੀਨੇ ਗੁਜ਼ਰ ਗਏ। ਬੈਠੇ ਬੈਠੇ ਇੱਕ ਦਿਨ ਜ਼ੀਨਤ ਆਪਾ ਦੇ ਖਵੰਧ ਦਾ ਜ਼ਿਕਰ ਆਇਆ ਤੇ ਉਹ ਚੁੱਪ ਹੋ ਗਈ। ਜਦੋਂ ਵੀ ਉਹਦੇ ਘਰ ਵਾਲੇ ਦੀ ਕਦੇ ਚਰਚਾ ਛਿੜਦੀ ਤੇ ਉਹ ਚੁੱਪ ਹੋ ਜਾਂਦੀ ਸੀ। ਉਸ ਦਿਨ ਅਸੀਂ ਇਕੱਲੇ ਸਾਂ ਤੇ ਮੈਂ ਖਾਸ ਤੌਰ ਉੱਤੇ ਉਸ ਤੋਂ ਪੁੱਛਿਆ, ਜ਼ੀਨਤ ਆਪਾ, ਤੁਸੀਂ ਇੱਕ ਵੀ ਅੱਥਰੂ ਨਹੀਂ ਕੇਰਿਆ, ਤੁਹਾਡੇ ਸਿਰ ਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ। ਕਿਸ ਦੇ ਸਿਰ ਦਾ ਮਾਲਕ? ਜ਼ੀਨਤ ਆਪਾ ਅੱਗੋਂ ਤੜਪ ਕੇ ਬੋਲੀ, ਕਿਸ ਦੇ ਸਿਰ ਦਾ ਮਾਲਕ? ਮੇਰਾ ਕੋਈ ਖਵੰਧ ਨਹੀਂ, ਮੈਂ ਤੇ ਇੱਕ ਦਿਨ ਵੀ ਉਸਨੂੰ ਕਦੀ ਆਪਣਾ ਖਵੰਧ ਨਹੀਂ ਸਮਝਿਆ। ਮੈਂ ਤੇ ਇੱਕ ਪਲ ਲਈ ਵੀ ਕਦੀ ਉਸਦੀ ਤ੍ਰੀਮਤ ਨਹੀਂ ਬਣੀ। ਹਾਂ, ਕੋਈ ਪਿਓ ਹੋ ਸਕਦਾ ਏ, ਕਿਸੇ ਦੇ ਬੱਚਿਆਂ ਦਾ ਕੋਈ ਪਿਓ ਹੋ ਸਕਦਾ ਏ, ਪਰ ਕਿਸੇ ਦੇ ਦਿਲ ਦੇ ਤਖ਼ਤ ਹਜ਼ਾਰੇ ਦਾ ਕੋਈ ਰਾਂਝਾ ਨਹੀਂ ਬਣ ਸਕਦਾ। ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦੇ ਘਰ ਵਾਲਾ ਹੋ ਸਕਦਾ ਏ, ਦਿਲ ਵਾਲਾ ਨਹੀਂ ਹੋ ਸਕਦਾ। ਤੇ ਫੇਰ ਉਹ ਫੁੱਟ ਫੁੱਟ ਰੋਣ ਲੱਗ ਪਈ। ਉਸ ਪਿੱਛੋਂ ਵਰਾ ਦੋ ਵਰੇ ਜ਼ੀਨਤ ਫਿਰ ਆਪਣੇ ਪਿੰਡ ਦੀ ਜਿਵੇਂ ਜਿੰਦ ਜਾਨ ਬਣ ਗਈ। ਹੱਸਦੀ ਰਹਿੰਦੀ,
ਲੋਕਾਂ ਨੂੰ ਹਸਾਉਂਦੀ ਰਹਿੰਦੀ, ਕੰਮ ਕਰਦੀ ਰਹਿੰਦੀ, ਲੋਕਾਂ ਦੇ ਕੰਮ ਆਉਂਦੀ ਰਹਿੰਦੀ। ਉਸ ਦੇ ਮੂੰਹ ਤੋਂ ਗੁੰਮ ਹੋ ਗਈ ਉਹਦੀ ਲਾਲੀ, ਫਿਰ ਉਹਦੀਆਂ ਅੱਖਾਂ ਉੱਤੇ ਆ ਗਈ। ਉਹਦਾ ਸਰੂ ਵਰਗਾ ਉੱਚਾ ਕੱਦ, ਉਸਦੇ ਗਜ ਗਜ ਲੰਮੇ ਵਾਲ, ਕੋਈ ਇਸ ਧਰਤੀ ਦੀ ਚੀਜ਼ ਥੋੜ੍ਹੀ ਲੱਗਦੀ ਸੀ ਜ਼ੀਨਤ, ਜਿਵੇਂ ਅਸਮਾਨੋਂ ਲੱਥੀ ਪਰੀ ਹੋਵੇ। ਦੋਸਤੋ, ਇਹ ਸੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਕਹਾਣੀ ਜ਼ੀਨਤ ਆਪਾ। ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਹੋਰ ਵੀ ਕਹਾਣੀਆਂ ਵੇਖਣ ਦੇ ਲਈ ਪੰਜਾਬੀ ਸਾਹਿਤਕ ਮੰਚ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲੈਣਾ। ਤਾਂ ਮਿਲਦੇ ਹਾਂ ਜੀ ਇੱਕ ਨਵੀਂ ਲਿਖਤ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।